अस्सलाम वालेकुम गाइस, वेलकम बैक टू रिएक्शन। मैं को रिएक्शन वीडियो लाके आ गया जहां जेडी अद्दी रिएक्शन वीडियो दा नाम है डिजायर्स। गाना आया एपी टिलो एंड गुरिंदर गिलाना दी ईपी आई है। मैं तो दोस्तों पे हां, मैं जेडे सारे गाने अपलोड कर रहा वारी-वारी, पर ए ओदा आई थिंक सो 5वां गाना है एपी टिलो एंड गुरिंदर गिल दे आ शिंदा कालू ने, आई एम प्रीटी श्योर। ते म्यूजिक कीता, म्यूजिक भी एपी टिलो ने ही कीता इस गाने दा। ते ए गाना हिट रहा है पूरा, मतलब सारे तो पॉपुलर गाना एस ई पी का ए गाना डिजायर्स। ते लिरिक्स शिंदा कालू दे मैं आखिया थानू, तो रन अप रिकॉर्ड्स पर आया, चलने सुनने गाना। मैं दूजे किसी गाने सुने, मैं पहले दसदा मैं पहला गाना मैं सुने, पूरी ई पी ही मैं सुनी है। पर मैं मैं पता है तुम रिकमेंड करना, काफ़ी लोग ऑलरेडी मैं कॉमेंट्स भी चाह रहे हैं कि जरूर सुन ए पी टिलोर की। तो काफ़ी मुंडे अजक छा गए, शो शो ला रहे, इंडिया गया, पाकिस्तान भी जा रहे, आई थिंक सो। तो सुनने चलने ऑडियो गाने हैं, सो आई डोंट नो कहे गाने की वीडियो आऊगी, कदों आऊगी, फिलहाल चलने ए सुनने डिजायर्स इन 3-2-1 स्टार्ट। थोड़ा रोमांटिक गाना है। ਛੱਡ ਗੁੱਸਾ ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰੀਆਂ ਨੇ ਕਿਉਂ ਗਲ ਚੋਂ ਲਾਉਣ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੇ ਕਿਉਂ ਬੁਲਾ ਨੇ ਚੁੱਪਿਆ ਤਾਰੀ ਕੋਈ ਗੱਲ ਤੇ ਦੱਸ ਮੈਨੂੰ ਤੈਨੂੰ ਖੁਸ਼ ਹੋਈ ਨੂੰ ਵੇਖਣ ਦਾ ਕੋਈ ਹੱਲ ਤੇ ਦੱਸ ਮੈਨੂੰ ਸਿਖਰ ਦੁਪਹਿਰ ਨੂੰ ਜਾਣ ਤੇ ਕਾਤੋਂ ਬਦਲੀਆਂ ਛਾਈਆਂ ਕਿਉਂ ਗਲ ਤੋਂ ਲਾਉਣ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਗੁੱਸਾ ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰੀਆਂ ਕਿਉਂ ਗਲ ਚੋਂ ਲਾਉਣ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਛੱਡ ਗੁੱਸਾ ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰੀਆਂ ਕਿਉਂ ਗਲ ਚੋਂ ਲਾਉਣ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਹਿਰਨੀ ਵਰਗੀਆਂ ਅੱਖਾਂ ਮੇਰੇ ਹੁੰਦੀਆਂ ਨਮ ਹੋਈਆਂ ਮੇਰੇ ਦਿਲ ਨੂੰ ਕੁਛ ਆ ਹੁੰਦਾ ਖੌਰੇ ਹਵਾਵਾਂ ਥੰਮ ਹੋਈਆਂ ਬੇਪਰਵਾਹ ਦੇ ਚਿਹਰੇ ਨੇ ਕਿਉਂ ਛੱਡੀਆਂ ਬੇਪਰਵਾਹੀਆਂ ਨੇ ਕਿਉਂ ਗਲ ਚੋਂ ਲਾਉਣ ਨੂੰ ਫਿਰਦੀਏ ਜੋ ਹੱਥੀ ਗਾਨੀਆਂ ਪਾਈਆਂ ਨੇ ਛੱਡ ਗੁੱਸਾ ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰੀਆਂ ਨੇ ਕਿਉਂ ਗਲ ਚੋਂ ਲਾਉਣ ਨੂੰ ਫਿਰਦੀਏ ਜੋ ਹੱਥੀ ਗਾਨੀਆਂ ਪਾਈਆਂ ਨੇ ਛੱਡ ਗੁੱਸਾ ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰੀਆਂ ਨੇ ਕਿਉਂ ਗਲ ਚੋਂ ਲਾਉਣ ਨੂੰ ਫਿਰਦੀਏ ਜੋ ਹੱਥੀ ਗਾਨੀਆਂ ਪਾਈਆਂ ਨੇ ਸ਼ਾਮ ਦਾ ਰੰਗ ਕਿਉਂ ਲਾਹੇ ਰੰਗ ਨਾੜਦਾ ਏ ਦੱਸਣਾ ਤਾਂ ਹਜੇ ਵੀ ਦੱਸਦੇ ਜੇ ਕਿੱਸਾ ਕਿਸੇ ਬੁਣੇ ਜਾਲਦਾ ਏ ਸੱਚ ਜਾਣੀ ਤੇਰੀ ਗੱਲ ਦੀ ਲਾਲੀ ਮੇਰੀਆਂ ਲਾਲੀਆਂ ਡਾਈਆਂ ਨੇ ਕਿਉਂ ਗਲ ਚੋਂ ਲਾਉਣ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੇ ਛੱਡ ਗੁੱਸਾ ਹੁਣ ਜਾਣ ਦੇ ਕਿਉਂ ਅੱਖਾਂ ਨੇ ਕਿਉਂ ਗਲ ਚੋਂ ਲਾਉਣ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਗੁੱਸਾ ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰੀਆਂ ਨੇ ਕਿਉਂ ਗਲ ਚੋਂ ਲਾਉਣ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੇ ਏ ਪੀ ਢਿੱਲੋਂ ਗੁਰਿੰਦਰ ਗਿੱਲ ਖਿਲ ਡੇਟ ਪੂਰੀ ਹੈ ਪੂਰੀ ਮੈਂ ਨਾ ਈ ਪੀ ਕਮਾਲ ਦੀ ਏ ਹਿਡਨ ਜੈਮਸ ਉਹਦਾ ਨਾਂ ਏ ਅਤੇ ਇਸ ਗਾਣੇ 'ਤੇ ਕਾਫੀ ਮਿਲੇ ਕਾਫੀ ਵਿਊਜ਼ ਆਏ ਕਿਉਂਕਿ ਦੂਸਰੇ ਗਾਣਿਆਂ 'ਤੇ ਆਇਆ ਤਕਰੀਬਨ 2 ਮਿਲੀਅਨ 2 ਮਿਲੀਅਨ 2 ਮਿਲੀਅਨ ਅਤੇ ਇਸ ਗਾਣੇ 'ਤੇ ਆਇਆ 7 ਮਿਲੀਅਨ ਅਤੇ ਦਿਸ ਵਨ ਗਾਣਾ ਵੀ ਵਧੀਆ ਕਾਫੀ ਯੂ ਨੋ ਫੁੱਲ ਰੋਮੈਂਟਿਕ ਟਾਈਪ ਗਾਣਾ ਅਤੇ ਸ਼ਿੰਦਾ ਕਾਲੂ ਮੈਨ ਵਟ ਅ ਲਿਰਿਸਿਸਟ ਕਿਆ ਕਮਾਲ ਦਾ ਰਾਈਟਰ ਹੈ ਕਿਆ ਕਮਾਲ ਦਾ ਮਤਲਬ ਨਾ ਲਿਖਾਈ ਕਰਦੇ ਆ ਹਰ ਗਾਣੇ 'ਚ ਅਤੇ ਕਾਫੀ ਹਿੱਟ ਗਾਣੇ ਉਹਨਾਂ ਦਿੱਤੇ ਆ ਏ ਪੀ ਢਿੱਲੋਂ ਅਤੇ ਗੁਰਿੰਦਰ ਗਿੱਲ ਨੂੰ ਅਤੇ ਆਪੋ ਘੱਟ ਹੀ ਗਾਉਂਦੇ ਆ ਪਰ ਲਿਖਦੇ ਕਾਫੀ ਅੱਛਾ ਆਇਆ ਸਹੀ ਗੱਲ ਹੈ ਅਤੇ ਸ਼ਿੰਦਾ ਕਾਲੂ ਨੇ ਲਿਖਾਈ ਕੀਤੀ ਹੈ ਇਹ ਗਾਣਾ ਆਡੀਓ ਗਾਣਾ ਸੋ ਆਈ ਕਾਂਟ ਸੇ ਮੱਚ ਅਤੇ ਵੀਡੀਓ ਇਹਦੀ ਵੀਡੀਓ 'ਤੇ ਆਮਣੀ ਚਾਹੀਦੀ ਹੈ ਕਿਉਂਕਿ ਇਹਨੂੰ ਕਾਫੀ ਜ਼ਿਆਦਾ ਵਿਊਜ਼ ਆਏ ਆ ਅਤੇ ਇਹ ਵੀ ਥੋੜ੍ਹਾ ਰੋਮੈਂਟਿਕ ਟਾਈਪ ਆਫ ਗਾਣਾ
ਹੈ ਤੇ ਮੁੰਡਾ ਰੋਮਾਂਟਿਕ ਟਾਈਪ ਆਫ ਗਾਣਿਆਂ ਦੀ ਵੀਡੀਓ ਕੱਢਦਾ ਰਹਿੰਦਾ ਤੇ ਲੈਟਸ ਸੀ ਮੈਨੂੰ ਲੱਗ ਮੈਨੂੰ ਕੋਈ ਪੋਸਟ ਐਪੀਟਲ ਨੇ ਚਾੜੀ ਆਈ ਮੈਨੂੰ ਲੱਗ ਰਿਹਾ ਕੋਈ ਵੀਡੀਓ ਆ ਰਹੀ ਹੈ ਕੋਈ ਨਾ ਕੋਈ ਗਾਣੇ ਦੀ ਪਰ ਮੈਨੂੰ ਪਤਾ ਨਹੀਂ ਕਿਹੜਾ ਗਾਣਾ ਪਰ ਮੈਨੂੰ ਲੱਗਦਾ ਐਸ ਈ ਪੀ ਦਾ ਹੀ ਕੋਈ ਨਾ ਕੋਈ ਗਾਣੇ ਦੀ ਵੀਡੀਓ ਆਊਗੀ ਸੋ ਯਾ ਆਈ ਹੋਪ ਤੁਹਾਨੂੰ ਗਾਣਾ ਪਸੰਦ ਆਇਆ ਤਾਂ ਵੀਡੀਓ ਪਸੰਦ ਆਈ ਲਾਈਕ ਕਰੀਓ ਸਬਸਕ੍ਰਾਈਬ ਕਰਕੇ ਜਾਇਓ ਕਮੈਂਟ ਵੀ ਤੁਹਾਡੇ ਕੋਈ ਰਿਕਮੈਂਡੇਸ਼ਨ ਹੋਈ ਗੱਲਬਾਤ ਹੈ ਜ਼ਰੂਰ ਦੱਸਿਓ ਤੁਸੀਂ ਸੋਸ਼ਲ ਮੀਡੀਆ ਫਾਲੋ ਕਰ ਸਕਦੇ ਸਾਰੇ ਲਿੰਕ ਡਿਸਕ੍ਰਿਪਸ਼ਨ ਵਿੱਚ ਨੇ ਸਾਈਡ ਤੇ ਵੀ ਆ ਰਹੇ ਹੋਣੇ ਮੈਂ ਤੁਹਾਨੂੰ ਵੇਖਾਂਗਾ ਅਗਲੀ ਵੀਡੀਓ ਵਿੱਚ ਅੰਟਿਲ ਦੈਨ ਅਸਲਾਮ ਅਲੈਕੁਮ